ਮੰਮੀ ਸਤਿ ਸ੍ਰੀ ਅਕਾਲ ਪੈਰੀ ਪਹਿਨਾ ਕੀ ਹਾਲ ਚਾਲ ਜੇ ਦੀਵਾਲੀ ਮਨਾ ਰਹੇ ਮੇਰੇ ਸ਼ੇਰ ਪੁੱਤ ਹਾਂਜੀ ਮੰਮੀ ਮੈਂ ਇੱਥੇ ਉਹ ਜਿੰਦਰ ਆ ਵੇਖੀ ਬੱਚਾ ਹੱਥ ਚ ਬੰਬਣਾ ਚਲਾ ਲੇ ਇੱਥੇ ਰੌਲਾ ਬੜਾ ਪਈ ਜਾਂਦਾ ਮੈਂ ਬਾਅਦ ਚੋਂ ਫੋਨ ਕਰਾਂ ਯਾਰ ਲੈਣ ਦੇਣ ਵਾਲੇ ਸਾਰੇ ਦੇ ਕੇ ਨਾ ਤੇ ਬਾਪੂ ਦਾ ਕਰਜ਼ਾ ਲਾ ਕੇ ਮੈਂ ਵਾਪਸ ਚਲ ਜਾਣਾ ਇੱਕ ਦਿਨ ਨਹੀਂ ਰੁਕਣਾ ਇੱਥੇ ਯਾਰ ਮਾਰਕੀਟ ਚੋਂ ਹੀ ਬੰਦ ਹੋ ਗਿਆ ਬਣਾ ਕੇ ਰੱਬ ਨੇ ਮੂੰਹ ਨਹੀਂ ਲਾਇਆ ਚਾਚਾ ਦੁਨੀਆ ਸਭ ਤੋਂ ਪਹਿਲਾਂ ਤੇਰਾ ਮੂੰਹ ਵੇਖ ਕੇ ਕਿਸੇ ਨੇ ਕਿਹਾ ਸੀ ਕੀ ਫਿੱਟੇ ਮੂੰਹ ਸਾਲ ਦੋ ਸਾਲ ਤੇਰੇ ਰੰਗ ਢੰਗ ਮੈਂ ਕਿਹੜਾ ਵਿੰਟਰ ਚ ਪੀਲੇ ਪੈ ਕੇ ਚੜ ਜਾਣਾ ਆਹੀ ਰੰਗ ਰਹਿਣਾ ਜਿਹੜਾ 6 ਮਹੀਨੇ ਤੋਂ ਵੇਖ ਰਹੀ ਮੈਨੂੰ ਦੋ ਤਿੰਨ ਦਿਨ ਪਹਿਲਾਂ ਦੱਸ ਦਿਓ ਮੈਂ ਛੁੱਟੀ ਲੈ ਕੇ ਨਾ ਉਹਨੂੰ ਪਿੱਕ ਕਰਿਆ ਏਅਰਪੋਰਟ ਤੋਂ ਯਾਰ ਤੁਹਾਡੇ ਇੰਗਲੈਂਡ ਚ ਠੰਡ ਬਹੁਤ ਆ ਹਜੇ ਤਾਂ ਪਈ ਨਹੀਂ ਠੰਡ ਮੇਰੇ ਤਾਂ ਪੈ ਗਈ ਕੰਮ ਦੱਸੋ ਕੀ ਏ ਪੱਕੇ ਹੋਣਾ ਜੀ ਇੰਨਾ ਕੁ ਪੱਕਾ ਹੋਣਾ ਤੂੰ ਮੈਨੂੰ ਦੱਸ ਦੇ ਮੈਂ ਮਿਸਤਰੀ ਬੁਲਾ ਕੇ ਚਾਰ ਦੀਵਾਰੀ ਕਰਾ ਦਿਆਂ ਤੇਰੀ ਇੰਨਾ ਕੁ ਪੱਕਾ ਹੋਣਾ ਇਸ ਵਾਰੀ ਵੀ ਕਿਰਾਇਆ ਨਹੀਂ ਦੇਣਾ ਤੇ ਚੁੱਕੋ ਆਪਣਾ ਸਮਾਨ ਉਹ ਘੱਟੋ ਘੱਟ ਮੈਂ ਤੇ ਇਸ ਕਮਰੇ ਚ ਖੁੱਲਾ ਡੁੱਲਾ ਸੌਵਾਂ ਚੌਧਰੀ ਜਿੱਡਾ ਕਿ ਤੂੰ ਹੈਗਾ ਤੂੰ ਖੁੱਡੇ ਚ ਵੀ ਬਿਸਤਰਾ ਲਾ ਲਿਆ ਤੇ ਖੁੱਲਾ ਹੀ ਸੌਣਾ ਪਾਸਾ ਨਹੀਂ ਮੈਂ ਲੈਣਾ ਕਿਤੇ ਤੇਰਾ ਪਾਸਾ ਕਿੰਨਾ ਕੁ ਲੈਣਾ ਕਿੰਨੇ ਪਾਏ ਮੇਰੇ 200 ਉਹ ਭਰਾਵਾ 200 ਤੇਰੇ ਹੀ 300 ਮੇਰੇ ਹੀ ਲੈ ਭਲੇ ਕਿੰਨਾ ਪੁੱਠੇ ਪੈ ਗਏ ਜਦੋਂ ਇਹਨੇ ਆਪਣੇ ਵੱਧ ਪਾਉਣੇ ਨੇ ਉਦੋਂ ਬਿਲਕੁਲ ਸਹੀ ਜਾਂਦੇ ਨੇ ਸਾਡੇ ਵਾਰੀ ਪੁੱਠੇ ਕਰ ਦਿੰਦਾ ਏ ਯਾਰ ਮੈਂ ਜੇਬ ਚ ਪਾ ਲਿਆ ਘਰਦਿਆਂ ਨੂੰ ਪਾਇਆ ਨਾ ਤੇਰੇ ਘਰਦਿਆਂ ਦਾ ਮੇਰੇ ਘਰਦਿਆਂ ਦਾ ਫਰਕ ਹੈ ਕੋਈ ਰਿਚਾ ਪੜਿਆ ਲਿਖਿਆ ਵੈਲ ਸੈਟਲਡ ਅਗਲਾ ਕਮੀ ਕੀ ਦੱਸਾਂ ਮਨਾ ਕਰਨ ਜਿਸ ਚ ਮਰਜ਼ੀ ਯਾਰ ਕਮੀਆਂ ਕੱਢ ਦੋ ਮੇਰੇ ਪਿੱਛੇ ਕੁੜੀ ਬੈਠੀ ਹੈ ਨਾ ਸੋਹਣੀ ਜੀ ਇਹ ਝੋਨੇ 20 ਗਲਤੀਆਂ ਕੱਢਦਾ ਮੁੰਡਾ ਉਹ ਹੈ ਯਾਰ ਸਾਨੂੰ ਤੇ ਇਹ ਨਹੀਂ ਪਤਾ ਜਿਹੜੇ ਚਿਹਰੇ ਪਿੱਛੇ ਛੱਡ ਕੇ ਆਏ ਆ ਨਾ ਜ਼ਿੰਦਗੀ ਚ ਕਦੀ ਵੇਖਣੇ ਵੀ ਆ ਕਿ ਨਹੀਂ It's caught in the crossfire.